कोई मां दे ढिड्डो अत्तवादी का गैंगस्टर नहीं बनता, बंदा अक के बनता, बनाउंदा कौन है ये पुलिस वाले, ऐ तो नहीं कोई मां दे ढिड्डो जाउंदा कोई लोगों के नौजवानों का फेक इनकाउंटर करके फित्तिया लवा के कुछ नहीं बनता, अपने जवाका कहीं भी देख लो उन्होंने की हाल होता फिर बाद चो। मेरे घर 12 तोले सोना लै गए टुट के, मैं किनू कहा हूँ। मैं प्रितपाल सिंह वासी मकान माता नाभा का रहने वाला हाँ। मेरे मगर जो भी साजिश कर रहा वो हैगा DSP स्वर्ण गांधी, जो कि SHO डिमोशन होके नाभे CI स्टाफ दे विच आया सी, वो सारी जिहड़ी मेरे ते रेड़ा पाऊंगा या झूठे पासे पाऊंगा कह के कहा के वो सारी जिहड़ी गेम का साजिश करता स्वर्ण गांधी है। हुण ताजा मामला यह है कि 24/9/2022 नूं मेरे घर पंडसर विच 12-13 नौजवान बिना वर्दियां तों हाथ विच AK-47 ਗੱਡੀਆਂ ਦੇ ਜਾਲੀ ਨੰਬਰ ਪਲੇਟਾਂ, ਤਿੰਨੇ ਗੱਡੀਆਂ ਦੇ ਜਾਲੀ ਨੰਬਰ ਪਲੇਟ, ਜਿਹੜੀ ਇੱਕ ਗੱਡੀ ਇਨੋਵਾ ਸੀ ਉਹਦੇ HR ਨੰਬਰ ਸੀ, ਉਹ ਹੈਗਾ 72 ਦਾ ਟਰੱਕ ਦਾ ਨੰਬਰ, ਇਛਰ ਟਰੱਕ ਦਾ ਨੰਬਰ ਆ 2013 ਮਾਡਲ, ਜਸਵੀਰ ਸਿੰਘ ਦੇ ਨਾਂ 'ਤੇ ਕੋਟਕ ਮਹਿੰਦਰਾ ਬੈਂਕ ਦਾ ਲੋਨ ਹੋਇਆ ਹੋਇਆ ਉਹਤੇ, ਜਿਹੜੀ ਡਿਜ਼ਾਇਰ 30-0-777 ਉਹ ਨੰਬਰ ਇਨਵੈਲਿਡ ਆ, ਇੱਕ ਹੋਰ ਇਨੋਵਾ ਸੀ ਉਹਦਾ ਨੰਬਰ ਇਨਵੈਲਿਡ ਆ। ਇਹ ਮੈਂ ਜਦੋਂ ਇਹ ਘਰ ਆਉਂਦੇ ਨੇ, ਮੈਨੂੰ ਤਾਂ ਚਲੋ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਘਰ ਕੈਮਰੇ ਹਰ ਵਾਰ ਮੈਨੂੰ ਬਚਾ ਜਾਂਦੇ ਨੇ, ਸਾਰੇ ਕੇਸਾਂ 'ਚ ਮੈਨੂੰ ਕੈਮਰਾ ਨੇ ਹੀ ਬਚਾਇਆ, ਜਿਹਨੇ ਮੇਰੇ ਨਾਲ ਝੂਠੇ ਫੇਕ ਪਰਚੇ ਪਾਏ ਨੇ। 12-13 ਨੌਜਵਾਨ ਆਉਂਦੇ ਨੇ, ਗੇਟ ਖੜਕਾਉਂਦੇ ਨੇ, ਭਾਬੀ ਮੇਰੀ ਇਕੱਲੀ ਘਰ ਸੀ, ਗੇਟ ਖੋਲਦੀ ਆ ਸਿੱਧੀ ਭਾਬੀ ਨੂੰ, ਨਾ ਤਾਂ ਕੋਈ ਵਰੰਟ, ਨਾ ਸੱਚ ਵਰੰਟ, ਨਾ ਕੋਈ ਅਰੈਸਟ ਵਰੰਟ, ਨਾ ਕੋਈ FIR ਦੀ ਕਾਪੀ, ਸਿੱਧੀ ਭੱਜ ਕਮਰੇ 'ਚ ਵੜ ਜਾਂਦੇ ਨੇ, ਕਮਰੇ 'ਚ ਵੜ ਕੇ ਅਲਮਾਰੀਆਂ ਖੋਲਦੇ ਨੇ, ਅਲਮਾਰੀਆਂ ਬੈੱਡ ਬੁੱਡ ਸਾਰੇ ਫਰੋਲਦੇ ਨੇ, ਜਿਵੇਂ ਐਂ ਜਾਪਦਾ ਸੀ ਜਿਵੇਂ ਘਰ 'ਚ ਡਾਕਾ ਹੀ ਪੈ ਗਿਆ, ਚੋਰ ਆ ਗਏ ਲੁੱਟਣ ਵਾਲੇ, ਬੁਰਾ ਹਾਲ ਕਰਕੇ ਆਂਢੀ ਗੁਆਂਢੀਆਂ ਦਾ ਬੁਰਾ ਹਾਲ ਕਰਕੇ ਅਲਮਾਰੀਆਂ ਦਾ। ਇਸ ਪਰੂਫ ਦੇ ਆਧਾਰ 'ਤੇ ਗੱਲ ਕਰ ਰਿਹਾ, ਮੇਰੇ ਲਈ ਸਾਰੇ ਪਰੂਫ ਪਏ ਨੇ, ਮੇਰੇ ਕਮਰਿਆਂ 'ਚ ਵੀ ਕੈਮਰੇ ਲੱਗੇ ਹੋਏ ਨੇ, ਮੇਰੇ ਅੰਦਰ ਸਾਰੇ ਕਮਰਿਆਂ 'ਚ ਕੈਮਰੇ ਲੱਗੇ ਹੋਏ ਨੇ, ਮੈਂ ਪਰੂਫ ਦੇ ਆਧਾਰ 'ਤੇ ਗੱਲ ਕਰ ਰਿਹਾ, ਮੈਂ ਹਵਾ 'ਚ ਦੇਰ ਨਹੀਂ ਮਾਰ ਰਿਹਾ। ਜਿਹਨੂੰ ਰਿਕੋਰਡਿੰਗ ਚਾਹੀਦੀ ਉਹ ਮੈਂ ਰਿਕੋਰਡਿੰਗ ਭੇਜ ਵੀ ਦੂੰਗਾ, CM ਦੇ ਪਰਸਨਲ ਨੰਬਰ ਵੀ ਭੇਜੀਆਂ ਹੋਈਆਂ ਨੇ ਭਗਵੰਤ ਮਾਨ ਦੇ, ਬਕਾਇਦਾ ਮੈਂ SSP ਪਟਿਆਲਾ, DIG ਪੰਜਾਬ, IG ਪੰਜਾਬ, IG ਪਟਿਆਲਾ ਸਾਰਿਆਂ ਨੂੰ, DSP ਨਾਭਾ, SHO ਸਦਰ ਕੋਟਵਾਲੀ ਨਾਭਾ, ਠੀਕ ਆ। ਮੈਂ ਕੋਈ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹੜਾ ਪੋਸਟ 'ਤੇ ਲੱਗਿਆ ਹੋਵੇ ਉਹਨੂੰ ਨਾ, ਉਹਦੇ ਮੋਬਾਈਲ 'ਚ ਮੇਰੀ ਰਿਕੋਰਡਿੰਗ ਨਾ ਹੋਵੇ। ਫਿਰ ਮੇਰੇ ਯਾਰ ਦੋਸਤ ਦੇ ਘਰ ਜਾਂਦੇ ਨੇ ਚੌਧਰੀ ਮਾਜਰੇ, ਉਹਦੀ ਰਿਕੋਰਡਿੰਗ ਨਾਲ ਸਾਰਿਆਂ ਨੂੰ ਭੇਜੀ ਗਈ, ਉਹਦਾ ਕੀ ਹਾਲ, ਉਹਦਾ ਕੈਮਰਾ ਤੋੜਿਆ ਏ, ਜੇ ਚੋਰ ਤੀ ਫਿਰ ਪਹਿਲਾਂ ਕੈਮਰਾ ਦੇ ਕੇ ਭੱਜ ਗਏ, ਫਿਰ ਆਉਂਦੇ ਨੇ ਫਿਰ ਕੈਮਰਾ ਤੋੜਿਆ ਆਉਂਦੇ ਨੇ।